ਇਹੋ ਜਿਹਾ ਪਾਣੀ ਪੀਤਾ ਕਦੇ ਇਹੋ ਜਿਹੀ ਬੋਤਲ ਵਾਲਾ ਮਤਲਬ ਬਟਨ ਵਾਲਾ ਤਾਂ ਪੀਤਾ ਦੇ ਛੋ ਇਹੋ ਜਿਹੇ ਦੇ ਖਾ ਉਹ ਇਹ ਆ ਮਹਿੰਗੀਆਂ ਆਉਂਦੀਆਂ ਛੋਟੀਆਂ ਅੱਛਾ ਜੀ ਛੋਟੀ ਪਾਣੀ ਪੀ ਕੇ ਦੇਖ ਫਰਕ ਦੱਸੀ ਇਹਦੇ ਚ ਚੈੱਕ ਵੀ ਮੰਨਦਾ ਵੀ ਗੱਗੂ ਸਿਰੇ ਕੈਰਾ ਭਰ ਗਿਆ ਤਰਾ ਓਏ ਗੁੱਡ ਮਾਰਨਿੰਗ ਤਾਂ ਕਰਦੇ ਯਾਰ ਤੇ ਉੱਚੀ ਉੱਚੀ ਸਵਾਗਤ ਕਰਦੇ ਸਾਰਿਆਂ ਦਾ ਔਰ ਫਿਰ ਤਿਆਰੀ ਹੈ ਹੁਣ ਲਾਲ ਗਿਆ ਪਾਣੀ ਬਾਬੇ ਨੂੰ ਤਿੰਨ ਵਾਰ ਫੋਨ ਕਰਤਾ ਕੱਲ ਕਿਤੇ ਉਹਨੇ ਸ਼ਾਮ ਨੂੰ ਚੱਕਿਆ ਤੇ ਸਵੇਰੇ ਕੀਤਾ ਹੀ ਫੇਰ ਅੱਜ ਮਾ ਜਰੂਰ ਤਿਆਰੀ ਹੈ ਪੱਪੂ ਹੀ ਬੰਦੇ ਵਖਾ 9-10 ਤਿਆਰ ਕਰ ਲਈ ਦਾਦੀਆ ਕਰ ਲਾ ਦਾਰੀ ਗਾ ਬੁੱਟਾ ਕਰ ਲਿਆ ਦਾਲੀ ਗਲਾ ਤੂੰ ਯਾਰ ਸਰਹੰਦ ਜਾਈਂ ਇਹਦੇ ਨਾਲ ਯਾਰ ਚੰਗਾ ਇਹਨੂੰ ਲੈ ਕੇ ਜਾ ਵਿਚਾਰੇ ਨੂੰ ਉਹ ਜਾਵਾਂਗੇ ਇਸ ਤਰ੍ਹਾਂ ਹਰ ਦਾ ਆਪਦੇ ਬੰਦੇ ਆ ਜਾਓ ਭਰਾਵਾ ਜਾਓ ਜਾਓ ਵਧੀਆ ਦਰਸ਼ਨ ਕਰਕੇ ਆਓ ਤੇ ਗੁੱਡ ਮਾਰਨਿੰਗ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਆਪਣੇ ਨਵੇਂ ਬਲੌਗ 'ਚ ਤੇ ਸਮਾਂ ਸਵੇਰੇ ਦੇ ਭਾਈ 10:15 ਵਜੇ ਹੋਏ ਨੇ 10 ਪਹੁੰਚ ਗਿਆ ਖੇਤ ਤੇ ਲੱਕੜਾਂ ਭਾਲਦੇ ਫਿਰਦੇ ਆ ਤੂਰੀ ਫੁਲਕਾ ਪਕਾਉਣ ਨੂੰ ਤੇ ਤੱਤਾ ਪਾਣੀ ਭਾਲਿਆ ਨਹੀਂ ਕਦੇ ਨਹਾਉਣ ਨੂੰ ਤੇ ਗੱਲਾਂ ਬਾਤਾਂ ਚੈਂ ਚੂ ਮੈਂ ਤੇ ਜੀ ਆਇਆਂ ਨੂੰ ਭਾਈ ਅੱਜ ਇੱਕ ਪੋ ਕਿੰਨੇ ਦਸੰਬਰ ਹੋ ਗਿਆ ਓਏ ਪਤਾ ਨਹੀਂ ਸੋਲਾਂ ਦਸੰਬਰ ਤੇ ਦਿਨ ਭਾਈ ਸ਼ੁੱਕਰਵਾਰ ਦਾ ਤੇ ਸਮਾਂ ਤੁਹਾਨੂੰ ਦੱਸ ਦਿੱਤਾ ਤੇ ਬਾਕੀ ਬਣੇ ਰਹੋ ਬਲੌਗ ਦੇ ਐਂਡ ਤੱਕ ਨਾਲ ਤੇ ਉਹ ਉੱਥੇ ਸਾਹਮਣੇ ਵਾਲੀ ਡੇਕ ਉੱਥੇ ਚੱਲਦੇ ਹਾਂ ਉਹ ਪਰਸੋਂ ਮੈਂ ਪੜਦਾ ਪੜਦਾ ਅੱਧ ਵਿਚਾਲੇ ਛੱਡ ਗਿਆ ਸੀ ਕਿਉਂਕਿ 1 ਵਜਣ ਵਾਲਾ ਹੋ ਗਿਆ ਸੀਗਾ ਤੇ ਨੀਰੇ ਚਾਰ ਦਾ ਸਮਾਂ ਹੋ ਗਿਆ ਸੀ ਅਰਦਾਸ ਹੋਣੇ ਹੋਣੇ ਪਹੁੰਚਿਆ ਤੇ ਗੱਗੂ ਨੂੰ ਲੈ ਕੇ ਨਾਲ ਤੇ ਆਪਣੇ ਪਿਸਤੌਲ ਵਰਗੀ ਆ ਰਹੀ ਤੇ ਦਿਖਾਉਂਦਾ ਗੱਗੂ ਨਾਲ ਜਾ ਰਹੀ ਤੇ ਬੰਦਾ ਲਿਆਂਦਾ ਜਾ ਰਹੀਆਂ ਦੋ ਨੇ ਹੀ ਆ ਤੇ ਅੱਜ ਕੱਟ ਵੱਟ ਸਾਰੀ ਕਰਕੇ ਜਾਵਾਂਗੇ ਆ ਜਾ ਵੀ ਸਿਰੇ ਪਾਣੀ ਪੀ ਲਓ ਉਹ ਤੂੰ ਇਹੋ ਜਿਹਾ ਪਾਣੀ ਨਹੀਂ ਪੀਤਾ ਹੋਣਾ ਪਾਣੀ ਬਥੇਰੇ ਪੀਤੇ ਹੋਣਗੇ ਇਹੋ ਜਿਹਾ ਪਾਣੀ ਪੀਤਾ ਕਦੇ ਇਹੋ ਜਿਹੀ ਬੋਤਲ ਵਾਲਾ ਉਹ ਇਹ ਆ ਮਹਿੰਗੀਆਂ ਆਉਂਦੀਆਂ ਛੋਟੀਆਂ ਪਾਣੀ ਪੀ ਕੇ ਦੇਖ ਫਰਕ ਦੱਸੀ ਇਹਦੇ ਚ ਬਾਹਰੋਂ ਆਇਆ ਹੋਇਆ ਪਾਣੀ ਚੌੜ ਨੀ ਯਾਰ ਕੋਈ ਵੀਡੀਓ ਤਾਂ ਕੀ ਆ ਮੈਨੂੰ ਫੜਾ ਦੇ ਬੋਤਲ ਦੂਜੀ ਮੈਂ ਪੀ ਲੈਣਾ ਗਾ ਤੇਰੇ ਬਰਾਬਰ ਖੜ ਕੇ ਲੈ ਗਾ ਗੁਆ ਫੜੀ ਮਾੜੀ ਫੜੀ ਲੈ ਤੇਰੇ ਇੱਧਰ ਦੇਖ ਲਾ ਇਹ ਇਹਨੂੰ ਭਾਈ ਵਹਿਮ ਹੋ ਗਿਆ ਇਹਨੇ ਆਖੇ ਕੁਛ ਹੋਰ ਹੀ ਨਾ ਕੋਈ ਦਵਾਈ ਦਵੂਈ ਪਾ ਦੇਣਾ ਇਹੋ ਜਿਹੀ ਬੋਤਲ ਜੀ ਦੇਖੀ ਨਹੀਂ ਹੋਣੀ ਪਾਣੀ ਇੱਧਰ ਵੇਖ ਲਾ ਲੈ ਫੜ ਪੀ ਲਾ ਪਾਣੀ ਸਾਰੀ ਦੁਨੀਆ ਪੀਂਦੀ ਆਈ ਆ ਕੋਈ ਫਰਕ ਹੈਗਾ ਪਾਣੀ ਦਾ ਨਹੀਂ ਟੱਕਣ ਲੱਗ ਗਿਆ ਉਹ ਪਾਲਾ ਬੈਗ ਚ ਇੱਕ ਹੋਰ ਪਈ ਆ ਬੋਤਲ ਹੋਰ ਪੀਣਾ ਦਾ ਚਲੀਏ ਤੇ ਲਓ ਬਈ 10 ਹਲਕੇ ਹਲਕੇ ਕਦਮਾਂ ਨਾਲ ਅੱਗੇ ਨੂੰ ਵਧਦੇ ਹੋਏ ਤੇ ਆ ਜੀ ਉੱਥੇ ਮਾਰ ਲਈ ਗੇੜਾ ਕੋਈ ਡਾਣਾ ਰੱਕਾ ਬੜਾ ਦੀ ਕਈ ਵਾਰੀ ਬੰਦਾ ਡਿੱਗਦਾ ਹੁੰਦਾ ਬੁੱਚੀ ਲੈਣਾ ਥੱਲੇ ਆ ਕੇ ਬਹਿ ਜੀ ਕੈਚ ਕਰ ਲਈ ਜੇ ਡਿੱਗਣ ਲੱਗਿਆ ਤਾਂ ਮੈਂ ਤਾਂ ਚੜਦਾ ਉਹਦੇ ਜਾ ਕੇ ਡਾਣਾ ਚੱਕ ਲਈ ਦੋ ਚੱਕ ਲਈ ਸੀ ਰਿਹਾ ਯਾਰ ਤੈਥੋਂ 10 ਡਾਣੇ ਮਹਿੰਗੇ ਆ ਤੈਥੋਂ ਯਾਰ ਕੀ ਕਰਨਾ ਸੀ ਕਿਹੜਾ ਅੱਜ ਲੈ ਜੀ ਆ ਰਹੀਆਂ ਆਪਣੇ ਕੋਲੇ ਦੋ ਆ ਜਾਵੇ ਬੰਦੂਕ ਵਰਗੀਆਂ ਕਿਹੜਾ ਰਹਿਣਾ ਵੱਡਾ ਪਹਿਲਾਂ ਮੈਂ ਬੇਰੀ ਯਾਰ ਬਾਈ ਉਹ ਤਾਂ ਵੱਢ ਲੱਗ ਲਗਾ ਕੇ ਯਾਰ ਉਹ ਉੱਥੇ ਬੇਰੀ ਆ ਭਾਈ ਸਾਡੀ ਉਹ ਤੇ ਜਮੇ ਉਹ ਕਨਾਲ ਥਾਂ ਦਾ ਛੱਡ ਜਾਂਦੇ ਆ ਮਸ਼ੀਨ ਵਾਲੇ ਥੱਲੇ ਤੇ ਪਰੇ ਬਿਸੀ ਪਈ ਆ ਬਾਣ ਚ ਤਾਂ ਵੀਰ ਬਣ ਕੇ ਤੇਰੇ ਨਾਲ ਲੱਗ ਜਾਂਗੇ ਦੱਸ ਦੀ ਜੇ ਤਾਂ ਆਰਾ ਕਵਾੜਾ ਵੱਡਾ ਚੱਕ ਲਵਾਂਗੇ ਚੱਲ ਤੂੰ ਮੈਨੂੰ ਦੱਸੀ ਜਿੱਦੇ ਪਾਣੀ ਲੱਗ ਗਿਆ ਤੇਰਾ ਆਪਾਂ ਸ਼ੌਂਕ ਨਾਲ ਵੱਢ ਜਾਵਾਂਗੇ ਵਧੀਆ ਉਹ ਪਰਾਂ ਪਰਾਂ ਜਾਂਦੇ ਜਿਹੜੀ ਪਾਣੀ ਲਾਉਣਾ ਤਾਂ ਹੈਗਾ ਜੇ ਥੋੜ੍ਹੇ ਦਿਨਾਂ ਨੂੰ ਲਾਵਾਂਗੇ ਦੋ ਚਾਰ ਦਿਨ ਲੰਘ ਜਾਣਗੇ ਚੱਲ ਫਿਰ ਮੈਂ ਚੜ੍ਹਦਾ ਉੱਤੇ ਆਜਾ ਆਜਾ ਡਾਣਾ ਤਾਂ ਕਿਹਾ ਵੀਡੀਓ ਬਣਾ ਦੇ ਅਤੇ ਆਪਾਂ ਗੱਗੂ ਲਿਆਂਦਾ ਸਪੋਰਟਰ ਅੱਜ ਜਿਹੜੇ ਆਹ ਡਾਣੇ ਪਹਿਲਾਂ ਉਹ ਦਿਨ ਵੱਢ ਕੇ ਗਿਆ ਸੀਗਾ ਉੱਤੋਂ ਛੰਗ ਹੋਏ ਅਤੇ ਇਹਨਾਂ ਦੇ ਟੋਟੇ ਕਰਕੇ ਬਰੀਕ ਡਾਣੀਆਂ ਅੱਡ ਕੱਢੀ ਜਾਊਗਾ ਅਤੇ ਹੁਣ ਡਾਣਾ ਡਿੱਗਦਾ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਕਲਾਸੀ
ਡਿੱਗਣ ਦਾ ਵੀ ਡਰ ਆਪਦੇ ਗਿਆ ਕਿੱਥੇ ਗਿਆ ਚੱਲ ਕੀ ਕਰਕੇ ਇੱਕ ਵਾਰੀ ਲਾਲਚ ਜਿਆਦੇ ਕੀ ਹਟ ਗਿਆ ਦਾ ਆਪੋਣਾ ਟੰਗ ਲੈ ਮੇਰਾ ਡਿੱਗਦੇ ਦਾ ਸੀਨ ਵੀ ਵਿੱਚ ਆ ਸਕਦਾ ਹਾਂ गया मारना झूठा जा की पता होंगे किधर मुड़ू है चल भी चल 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 गया गया क्या वे या ये क्या बात है आज चको पाई आया बाप साहब जी जोड़ते कम कर तो ही मैंने आज मेरे वाली ना आ गई पार रेड़ा ना कल नहीं बनी गल कर कल कोई ना इतना ही कर देने तो ऑल वर्क ही आ रही है तो गुना ही आ रही है आप पे बड़ा बैली कैमरामैन का गुरु तो मैं मेहरबानी ओके इस रहना नहीं तेल आ दी मैंने गली मेहरबानी चेक भी मानता भी का गुरु बड़ा चादा नहीं ठीक है सिरे क्या रहा पर क्या तरह वो क्या रहा पर क्या तरह कितना फिरता है डी दूर वो उनका पिछों जो आ जाई चल पहुंच जाओ उधर ता अपन आप दी पर क्या यारी रखी चेक कर का गुआ चेक कारी तो मैं कहता हूँ इतना कि छाल मारा बाल ज्यादा नहीं हुप 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 ना 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 टाणी चढ़ूगी तार ला यार मैं चक के हेलो भाई करते कौन मुंडे को तो आ दो रह गए तो सियाने बंदे कहते सारी निशांग दे होंगे तो गागू हो रहे भाई मोटिया लक्कन के बरीक मशांग अड करी जाते गगू खास गल बात गगू ने भी अच पूरा जी ला रखे चकमी चाह पै कर पूरी कंडे वाली जो तो मैं ता चढ़िया तो इन्हें भी दम नहीं लिया फिर मां के पुत्र ने पानी जरूर एक बार पी लिया से दस हरे हूँ पानी पीन गए तो समा फिर उ पौने एक का चेक खुश है ना था अद्धा कमाल छांग लिया जी उठ खड़ो जी आया ले मेरा हाथ पड़ के खड़ा हो जा ले चक दोने आ रही बस चलते एक बज गए यार जीरे चार दस समा हो जूगा शौक नाल कल वास्ते भी काम छड़ना आपा ठीक है हाँ चल करा गुआ झोला फड़ी हो संगत भाई चल पर वापसी होगी तो इस तो अगली कहानी सुनू की दसी बस पुछो ना बस रहन दे छेड़ो ना दर्दा तो जाके मझा च बढ़ जाएंगे मझा तो बाद जिम च बढ़ जाएंगे जिम तो बाद रजाई च बढ़ जाएंगे तो रजाई तो बाद बूटा च बढ़ जाएंगे बूटा तो बाद फिर बस चप्पल चो जाए चप्पलों तो बाद फिर बस आही
कुत्त कसोटा चलता रहूगा। तो अज का ब्लॉग आप खेत ही छड्ड जाने, कई बार मन नहीं होंगे ज्यादा बनाने का, तो उद्दे बस आप जल्दी समाप्ति कर दें क्योंकि अपने कड़ा किसी ने गलते गंडासा रखे हुआ पर जिन्ना का बनता बस दिनचर्या अपनी सूँ दिखा दें। तो उम्मीद करना तुम पसंद कर लेंगे हो, तो जोड़े बंदे लाइक कर जाते धन्यवाद, जोड़े नहीं करते उन्होंने बेनती आ लाइक लाजमी कर दिया करो, सूँ हौसला अफजाई हो जाती है। तो अपना कोई माड़ा चंगा कमेंट भी कर दिया करो, कोई दस दया करो सुझा, तो अगे बट गिली आ तो दस छाल ना देना ला, तो इस करके बस समाप्ति आ। लाइक कर जो जाते नवे आए चैनल पर सबसक्राइब लाजमी कर दौ, तो मिलते हैं फिर कल नवे ब्लॉग के नाल। सत श्री अकाल जी सारों, धन्यवाद जी सारा दा वीडियो नू अंत तक देखने वास्ते। खब्बी ते सज्जी साइड वाले दोने वीडियो भी तुसीं जरूर इंजॉय करो क्लिक करके, तो विचकार मेरी फोटो ते क्लिक करके मेरे चैनल नू सबसक्राइब कर लो। जिन्होंने हाले तक नहीं करया फ्री ऑफ कॉस्ट आ, कोई पैसा नहीं लगता सबसक्राइब करन ते, लाइक करना भुल्यो ना। मिलदे कल नू, सत श्री अकाल जी।